ਤੁਸੀਂ ਤਾਂ ਆਪ ਤੁਸੀਂ ਪੁੱਛ ਰਹੇ ਸੋ ਕਿ ਇਹ ਦਰਬਾਰ 'ਤੇ ਇਸ ਤਰ੍ਹਾਂ ਉਸ ਤਰ੍ਹਾਂ ਇਹ ਬਾਜੀ ਇਹ ਸ਼ਰਾਰਤਾਂ ਵੀ ਤੁਹਾਡੇ ਹੀ ਤੁਸੀਂ ਜਿੱਥੇ ਗਏ ਹੋ ਇਹਤਰਾਮਨ ਜੇ ਮੈਂ ਕਹਾਂ ਤਾਂ ਤੁਹਾਡੇ ਘਰ 'ਚ ਇੱਕ ਬੰਦਾ ਤਾਂ ਵਿਚਾਰੇ ਗਾਣੇ ਗੁਣੇ ਗਾਉਂਦਾ ਠੀਕ ਹੈ ਮੈਂ ਤਾਂ ਗਾਣੇ ਗੁਣੇ ਗਾਉਂਦਾ ਇੱਕ ਬੰਦਾ ਠੀਕ ਹੈ ਪਰ ਦੂਜਾ ਬੰਦਾ ਜਿਹੜਾ ਹੈ ਉਹ ਤਾਂ ਕਾਫੀ ਇਹੋ ਜਿਹੀ ਕੰਮ ਕਰਦਾ ਰਿਹਾ ਕੋਈ ਦਰਬਾਰ ਉਹਨਾਂ ਨਹੀਂ ਛੱਡਿਆ ਮਤਲਬ ਉਹਨਾਂ ਦੇ ਮਹਿਕਮੇ ਦਾ ਕੰਮ ਹੈ ਕਿ ਹਰ ਦਰਬਾਰ ਦੇ ਵਿੱਚ ਤੀਲੀ ਲਾ ਦੇਣ ਸੱਜੇ ਦਰਬਾਰ ਹਰ ਦੋ ਤਿੰਨ ਸਾਲਾਂ ਬਾਅਦ ਅੱਗੇ ਪਿੱਛੇ ਕਰਦੇ ਨੇ ਸਮਝਦੇ ਪਏ ਹੋ ਨਾ ਦੇਖੋ ਨਾ ਉਹਨਾਂ ਨੇ ਡਿਪਟੀ ਤਾਂ ਕੀਤੀ ਹੈ ਨਾ ਠੀਕ ਹੈ ਇੰਝ ਹੀ ਇਹ ਰੂਹਾਨੀਅਤ ਦੇ ਦਰਬਾਰ ਨੇ ਕਿਉਂਕਿ ਇਹ ਰੂਹਾਨੀਅਤ ਕੇ ਵੀ ਜੋ ਦਰਬਾਰ ਹੈ ਜਾਂ ਰੂਹਾਨੀਅਤ ਕਾ ਵੀ ਜੋ ਸਿਸਟਮ ਹੈ ਇਸਮੇ ਵੀ ਸਾਰੀ ਉਹੀ ਕੁਤਾਹੀਆਂ ਕਬਾਹਤੇ ਜੈਲਸੀਆਂ ਲੜਾਈਆਂ ਸਾਰਾ ਕੁਛ ਉਹੀ ਹੈ ਇਹ ਯਾਦ ਰੱਖ ਸਮਝ ਰਹੇ ਹੋ ਨਹੀਂ ਸਮਝ ਆ ਰਹੀ ਸਰ ਫਿਰ ਕਿਆ ਫਰਕ ਹੋਆ ਫਿਰ ਅਗਰ ਆਪਨੇ ਕਾਇਮ ਨਮਾਜ਼ ਕਰਨੀ ਹੈ ਫਿਰ ਅਗਰ ਆਪਨੇ ਦਫ ਫਿਰ ਉਹ ਸਭ ਕੁਝ ਵੈਸੇ ਕਿ ਵੈਸੇ ਵੀ ਕਾਇਮ ਨਮਾਜ਼ ਤੇ ਚੀਫ ਆਫ ਆਰਮੀ ਸਟਾਫ ਦੀ ਹੋਏਗੀ ਕਿ ਮੇਜਰ ਦੀ ਵੀ ਹੋ ਜਾਏਗੀ ਲੇਕਿਨ ਮੇਜਰ ਕੋ ਪਾਵਰ ਹੋਏਗੀ ਕਰਨਲ ਕੋ ਪਾਵਰ ਹੋਏਗੀ ਹੋਊਗੀ ਤਾਂ ਸਹੀ ਨਾ ਉਹਨੇ ਵਰਦੀ ਪਾਈ ਹੈ ਲੇਕਿਨ ਟੋਟਲ ਕਰਪਟ ਹੈ ਜਾਂ ਇੱਕ ਆਈ ਜੀ ਬੜਾ ਇਮਾਨਦਾਰ ਹੈ ਠੀਕ ਹੈ ਆਈ ਜੀ ਬਹੁਤ ਇਮਾਨਦਾਰ ਹੈ ਲੇਕਿਨ ਐਸ ਐਚ ਓ ਜਿਹੜਾ ਉਹਨੇ ਅੰਨੀ ਪਾਈ ਹੈ ਅਤੇ ਐਸ ਐਚ ਓ ਦੇ ਕੋਲ ਪਾਵਰ ਤਾਂ ਹੈ ਵਰਦੀ ਤਾਂ ਉਹਨੇ ਉਹੀ ਪਾਈ ਹੈ ਅਤੇ ਕਰਾਮਤਾਂ ਤਾਂ ਉਹਦੀਆਂ ਹੋਣੀਆਂ ਕਿ ਨਹੀਂ ਐਸ ਪੀ ਓ ਡੀ ਆਈ ਜੀ ਓ ਉਹ ਬੀਚ ਮੇ ਤਿੰਨ ਅੱਛੇ ਕੰਮ ਕਰ ਰਿਹਾ ਲੇਕਿਨ ਤਿੰਨ ਵਿੱਚ ਕੰਮ ਵੀ ਪਾਈ ਜਾ ਰਿਹਾ ਅਤੇ ਕੀ ਡੀ ਆਈ ਜੀ ਨਹੀਂ ਰਹੇਗਾ ਜੇ ਫੜਿਆ ਜਾਏਗਾ ਤਾਂ ਨਹੀਂ ਰਹੇਗਾ ਠੀਕ ਹੈ ਇੱਧਰ ਵੀ ਅਗਰ ਸਾਰੇ ਕੇ ਸਾਰੇ ਉਸ ਲੈਵਲ 'ਤੇ ਆ ਗਏ ਠੀਕ ਹੈ ਤਾਂ ਫਿਰ ਤਾਂ ਸਾਰੋ ਕੀ ਤਥੀਰ ਹੋ ਗਈ ਇਹ ਲੈਵਲਸ ਹੈ ਅਭੀ ਵੀ ਸਮਝ ਆ ਰਹੀ ਹੈ ਕਿ ਨਹੀਂ ਵੋ ਫ੍ਰੀਕੁਐਂਸੀ ਵੋ ਪਾਸਵਰਡ ਤੋਂ ਹੋ ਸਕਤਾ ਹੈ ਕਿਸੀ ਕੇ ਪਾਸ ਆਫੀਸ਼ਲ ਹੋ ਠੀਕ ਹੈ ਲੇਕਿਨ ਕਰੈਕਟਰ ਜ਼ਰਫ ਕਿਆ ਫਰਕ ਹੈ ਕਿਉਂ ਨਹੀਂ ਪਹਿਲੇ ਦਿਨ ਹੀ ਜਬ ਲੋਕ ਕਾ ਕੂਲ ਅਕੈਡਮੀ ਸੇ ਨਿਕਲਤੇ ਤੋ ਸਾਰੋ ਕੋ ਡਾਇਰੈਕਟ ਜਨਰਲ ਹੀ ਕਰਦੇ ਲੈਫਟੀਨੈਂਟ ਜਨਰਲ ਜੇ ਬਾਅਦ 'ਚ ਕਰਨਾ ਨੇ ਇਕੱਲਾ ਲੈਫਟੀਨੈਂਟ ਹੀ ਕਰਨੇ ਨੇ ਠੀਕ ਹੈ ਅਤੇ ਐਵੇਂ ਜਨਰਲ ਜਨਰਲ ਸਾਰਿਆਂ ਨੂੰ ਹੀ ਕਰਦੇ ਨਾਲੇ ਫੌਜ ਨੂੰ ਇੰਨੇ ਅਫਸਰ ਲੱਭ ਜਾਣ 200 ਬੰਦਾ ਕਾਕੂਲ ਅਕੈਡਮੀ ਸੇ ਨਿਕਲਿਆ 200 ਲੈਫਟੀਨੈਂਟ ਜਨਰਲ ਉਹਨਾਂ ਨੂੰ ਦੇਣ ਜੀ ਤੁਸੀਂ ਅੱਜ ਤੂੰ ਲੈਫਟੀਨੈਂਟ ਜਨਰਲ ਹੋ ਨਹੀਂ ਨਾ ਉਹ ਸਾਰੋ ਕੀ ਯੂਨੀਫਾਰਮ ਇੱਕ ਹੋਤੀ ਹੈ ਪਾਵਰਸ ਮੇਂ ਫਰਕ ਹੋਤਾ ਹੈ ਠੀਕ ਹੈ ਵੋ ਆਪਕੋ ਬਤਾ ਰਹੇ ਥੇ ਕਿ ਡਾਕਟਰ ਸਾਹਿਬ ਇੱਕ ਫੌਜੀ ਹੈਗੇ ਨੇ ਉਹ ਅਸਲੀ ਜੋ ਹੈ ਚੀਫ ਉਹ ਸ਼ਾਕਿਰ ਸਾਹਿਬ ਹੈ ਇਹ ਆਪਕੋ ਬਤਾ ਰਹੇ ਅਬ ਆਪਕਾ ਕਾਮ ਥਾ ਕਿ ਆਪਨੇ ਅਗਰ ਚੀਫ ਸੇ ਕਾਮ ਕਰਾਨਾ ਹੈ ਤੋ ਆਪ ਇਸਲਾਮਾਬਾਦ ਜਾਤੇ ਜਾਂ ਉਨਸੇ ਫੋਨ ਨੰਬਰ ਲੈ ਲੇਤੇ ਠੀਕ ਹੈ ਔਰ ਅਗਰ ਆਪ ਕਹਿ ਰਹੇ ਕਿ ਜਨਾਬ ਸਾਡਾ ਤਾਂ ਸਿਪਾਹੀ ਨੇ ਕੰਮ ਕਰ ਦਿੱਤਾ ਕੰਮ ਹੀ ਛੋਟਾ ਜਿਹਾ ਸੀ ਫਿਰ ਤਾਂ ਸਾ ਖਾਮ ਖਾ ਚੀਫ ਨੂੰ ਤੰਗ ਨਹੀਂ ਕਰਨਾ ਚਾਹੀਦਾ ਨਾ ਉਹਦੇ ਕੋ ਜਿਹਨੂੰ ਕਹਿੰਦੇ ਹੋ ਕਿ ਫਿਰ ਅਗਲੀ ਵਾਰੀ ਨਹੀਂ ਰੱਖ ਲਓ ਬੰਦਾ ਰੱਖਿਆ ਕੰਮ ਆ ਜਾਂਦਾ ਠੀਕ ਹੈ ਜੀ ਸਲੇ ਅਲਾ ਸ਼ਫੀਨਾ ਸਲੇ